ਤੇ ਚਿਕਨ ਜਿਹੜਾ ਬਣਿਆ ਇੱਕ ਬਹੁਤ ਹੀ ਟੈਲੈਂਟਡ ਬੰਦੇ ਨੇ ਬਣਾਇਆ ਤੁਸੀਂ ਉਹਦੇ ਬਣੇ ਗਾਣੇ ਤਾਂ ਬਹੁਤ ਸੁਣੇ ਹੋਣਗੇ ਤੇ ਬਹੁਤ ਹਿੱਟ ਗਾਣੇ ਸੁਣੇ ਆ ਪਰ ਇਹ ਚਿਕਨ ਇਹ ਚਿਕਨ ਜਿਸ ਬੰਦੇ ਨੇ ਬਣਾਇਆ ਇਹ ਭਾਜੀ ਨੇ ਸਪੈਸ਼ਲ ਮੇਰੇ ਲਈ ਚਿਕਨ ਬਣਾਇਆ ਕਿਉਂਕਿ ਮੈਂ ਭਾਜੀ ਨੂੰ ਕਿਹਾ ਕਿ ਮੈਂ ਖਾਣਾ ਕੁਛ ਤੇ ਥੈਂਕ ਯੂ ਸੋ ਮਚ ਭਾਜੀ ਤੇ ਬਾਕੀ ਮੈਂ ਟੇਸਟ ਕਰਕੇ ਤੁਹਾਨੂੰ ਦੱਸਦਾ ਪਰ ਸਵਾਦ ਦੇਖਣ ਨੂੰ ਲੱਗ ਰਿਹਾ ਪੂਰਾ ਲਓ ਜੀ ਅੱਜ ਜਨਮ ਦਿਨ ਆ ਮੇਰੇ ਭਰਾ ਮੇਰੇ ਮੈਨੇਜਰ ਨਿਖਿਲ ਦਵੇਦੀ ਦਾ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਬਾ ਮੇਰੇ ਭਰਾ ਨੂੰ ਚੜ੍ਹਦੀ ਕਲਾ 'ਚ ਰੱਖੇ ਇਹ ਸਵੇਰ ਦੀ ਸਨੈਪ ਤਾਂ ਪਾਈ ਹੈ ਕਿਉਂਕਿ ਅਸੀਂ ਪਾਰਟੀ ਕਰ ਰਹੇ ਸੀ ਅਤੇ ਪਾਰਟੀ ਕਰਦੇ ਕਰਦੇ ਸਵੇਰ ਹੋ ਗਈ ਅਤੇ ਸਾਨੂੰ ਪਤਾ ਨਹੀਂ ਲੱਗਿਆ ਅਤੇ ਬਹੁਤ ਬਹੁਤ ਮੁਬਾਰਕਾਂ ਮੇਰੇ ਵੀਰਿਆ ਬਾਬਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਬਹੁਤ ਸਾਰੀਆਂ ਨਵੀਆਂ ਨਵੀਆਂ ਚੀਜ਼ਾਂ ਅਤੇ ਇੱਦਾਂ ਹੀ ਜਿਵੇਂ ਆਹ ਸੂਰਜ ਜਗ ਰਿਹਾ ਤੂੰ ਵੀ ਇੱਦਾਂ ਹੀ ਗਲੋ ਕਰਦਾ ਰਹੇ ਆਲਵੇਜ਼ ਆਪਣੇ ਕੰਮ ਦੇ ਨਾਲ ਲਵ ਯੂ ਨਿਖਿਲ ਏਡਾ ਬੰਦਾ ਉੱਡਾ ਹੀ ਗਲਾਸ ਇਹ ਨਾਰਮਲ ਬੰਦਿਆਂ ਦਾ ਗਲਾਸ ਨਹੀਂ ਇਹ ਗੁਰਨਜ਼ਰ ਦਾ ਗਲਾਸ ਹੈ ਇਹ ਮੈਨੂੰ ਗਿਫਟ ਮਿਲਿਆ ਤੁਹਾਡੇ ਤੋਂ ਜੀ ਅੱਜ ਦੀਵਾਲੀ ਆਈ ਆ ਘਰੇ ਡੱਬਾ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਦੀਵਾਲੀ ਨਹੀਂ ਸੋਰੀ ਪਹਿਲੀ ਸਨੈਪ ਮੈਨੂੰ ਲੱਗਦਾ ਕੋਈ ਚੱਕਰ ਪੈ ਗਿਆ ਸਨੈਪਚੈਟ ਦਾ ਸਨੈਪ ਅਪਲੋਡ ਨਹੀਂ ਹੋਈ ਹੈਗੀ ਇਹ ਦੀਵਾਲੀ ਆਈ ਹੈ ਬੀ ਪ੍ਰੈਗ ਭਾਜੀ ਵੱਲੋਂ ਸੋ ਥੈਂਕ ਯੂ ਸੋ ਮੱਚ ਬੀ ਪ੍ਰੈਗ ਭਾਜੀ ਤੁਹਾਨੂੰ ਬਹੁਤ ਬਹੁਤ ਪਿਆਰ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਅਤੇ ਹੈਪੀ ਦੀਵਾਲੀ ਮੇਰੇ ਵੱਲੋਂ ਤੁਹਾਨੂੰ ਥੈਂਕ ਯੂ ਸੋ ਮੱਚ ਬੀ ਪ੍ਰੈਗ ਭਾਜੀ